ਤੇ ਮੈਜੋਰਟੀ ਫੈਮਿਲੀ ਜਾਲੀਆਂ ਤਿਆਰ ਹੈਗੀਆਂ ਤੱਕ ਹੁਣ ਨਵਾਂ ਜਣਾ ਪੋਹ ਪੜਿਆ ਜੀ। ਠੀਕ ਹੈ ਜੀ, ਆ ਸੋਹਣੇ ਆਈਆਂ ਜ਼ਬਰਦਸਤ ਫੈਮਲੀ। ਕਾਫੀ ਟਾਈਮ ਹੈਗਾ ਕੋਈ ਪੀਜ਼ਾ ਨਹੀਂ ਖਾਧਾ, ਤਾਂ ਇਸ ਟਾਈਮ ਆਈ ਕਿਉਂਕਿ ਪੀਜ਼ਾ ਖਾਣ ਵਾਸਤੇ ਬੜਾ ਬਾਜ਼ਾਰ ਬੰਦ ਰਿਹਾ। ਮਿਹਰਬਾਨੀ ਭਰਾਵਾਂ, ਤਾਂ ਚਟਨੀ ਵੀ ਆਏਗੀ, ਚਿਕਨ ਜਬਰੇਜ਼ੀ ਵੀ ਆਏਗੀ, ਹੈ ਤਾਂ ਹੁਣ ਮਜ਼ੇਦਾਰ ਨਾਲ ਹੀ ਸਲਾਦ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਅਸਲਾਮ ਅਲੈਕੁਮ ਯੂਟਿਊਬ ਫੈਮਲੀ। ਉਮੀਦ ਕਰਨਾ ਕਿ ਸਾਰੇ ਭੈਣ ਭਰਾ ਠੀਕ ਠਾਕ ਇਸ ਸਹੂਲਤ ਮਾਨ ਸੋਨਾ ਮਿਜ਼ਬਾਨ ਗਲਾਮ ਸੁਹਾਸਨੀ ਮਹਿਤਰ ਜੀ ਅੱਜ ਇੱਕ ਨਵੀਂ ਡਿਗਰੀ। ਹਾਂਜੀ, ਮੈਂ ਯੂਟਿਊਬ ਫੈਮਲੀ ਇਸ ਟਾਈਮ ਮੌਜੂਦ ਹਾਂ ਜੀ ਆਪਣੇ ਜ਼ਮਾਨ ਚੌਕ ਡੱਡਿਆਲੇ ਅੰਦਰ। ਬੂਟੇ ਨੇ ਜਿਹੜਾ ਨੀਚੇ ਬੈਠੇ ਹਾਂ, ਮਾਸ਼ਾਅੱਲਾ ਸੁਬਹਾਨ ਟਾਈਮ ਹੈ, ਤਾਂ ਹੁਣ ਮੌਸਮ ਕਾਫੀ ਸੋਹਣਾ, ਕਿਤਨਾ ਬੂਟੇ ਲੱਗੇ ਹੋਏ, ਗੱਡੀ ਸਾੜੀ ਆ ਖਲਤੀ ਵੀ ਤੇਰੀ ਗੱਡੀਆਂ ਮੇਸ਼ ਮਾਰ ਖਲਤੀਆਂ ਕੰਮਾਂ ਵਾਸਤੇ, ਕਿਆ ਬਾਤ ਹੈ। ਤਾਂ ਹੁਣ ਅਤੇ ਨਾਲ ਹੀ ਇਹ ਝੰਡਿਆਂ ਹੋਟਲ ਹੈ, ਇਹ ਸਿਆਹ ਰੋਡ ਹੈ ਮੈਂ ਰੋਡ, ਤਾਂ ਬਾਕੀ ਆਹ ਨਵਲਾ ਕਰਨੇ ਜੀ ਸ਼ੁਰੂ ਸੇ। ਪਤਾ ਗੱਡੀ ਨਾਲ ਕੰਮ ਕਾਫੀ ਰਹਿਣਾ, ਅੱਜ ਆਈ ਗਿਆ ਡੈਂਟੀ ਕੋਲ, ਮਤਲਬ ਕਿ ਜੇ ਡੈਂਟਰ ਨਾਲ ਕੰਮ ਮੈਂ ਉਹ ਕਰਾਸਾਂ, ਤਕਰੀਬਨ ਜਿਹਨੇ ਪੀਸ ਰਹਿਣਾ ਉਹ ਕੰਮ ਮਿਸਣ ਇਨਸ਼ਾਅੱਲਾ। ਬਾਕੀ ਆਈ ਹੋਪ ਆਹ ਨਵਲਾ ਗਾਣੀ ਵੀਡੀਓ ਸਿੰਘ ਕਾਫੀ ਪਸੰਦ ਹੈ। ਸਾਡੇ ਇੱਕ ਭਾਈ ਹਰੇ ਨੇ ਉਹਨਾਂ ਕਾਫੀ ਕਮੈਂਟ ਕਰਤੇ, ਤਾਂ ਮਾਕੋ ਇਤਨੇ ਰੀਡ ਨਹੀਂ ਹੈ, ਉਹਨਾਂ ਪੁੱਛਿਆ ਇਹ ਹੈ ਕਿ ਸਵਾਲ ਕਿਤੇ ਨੇ ਕਾਫੀ ਕਿ ਤੂੰ ਸਾਨੂੰ ਸਾਈਜ਼ ਕਹਿ ਸ਼ੂਜ਼ ਆਣਾ, ਬਾਕੀ ਤੁਸੀਂ ਗਿਫਟ ਭੇਜਾਂ ਔਰ ਸਿੰਗਲ ਲਓ ਸ਼ਾਦੀ ਸ਼ੁਦਾ ਹੋ ਜਾਂ ਕਿਸ ਰਹੋ। ਬਾਕੀ ਤੁਸੀਂ ਸ਼ੁਕਰੀਆ ਅਦਾ ਕਰਨੇ ਜੀ ਜਿਹੜੀ ਸਾਨੂੰ ਵੀਡੀਓ ਵਾਚ ਕਰਨੇ ਹੋ, ਜਜ਼ਾਕ ਅੱਲਾਹ, ਅੱਲਾਹ ਤਾਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਣ, ਆਸਾਮ ਰੱਖਣ, ਕਾਫੀ ਖੁਸ਼ੀ ਹੈ ਨਹੀਂ ਸਾਨੂੰ ਅਸੀਂ ਸਪੋਰਟ ਕਰਨੇ ਹੋ, ਤਾਂ ਇਨਸ਼ਾਅੱਲਾ ਸਾਰੀ ਸਾਡਾ ਹੌਸਲਾ ਅਫਜ਼ਾਈ ਕਰਨੇ ਰਹੋ। ਤਾਂ ਦੂਜੀ ਗੱਲ ਇਹ ਕਿ ਕੋਈ ਚੀਜ਼ ਤੁਸੀਂ ਨਾ ਭੇਜੋ, ਸਾਨੂੰ ਮਿਹਰਬਾਨੀ ਜਿਹੜੀ ਸਾਨੂੰ ਵੀਡੀਓ ਵਾਚ ਕਰਨੇ ਹੋਣਾ, ਤਾਂ ਕਾਫੀ ਖੁਸ਼ੀ ਨਹੀਂ ਹੈ। ਤਾਂ ਜਿਹੜਾ ਸ਼ੂਜ਼ ਨਾਲ ਸਾਈਜ਼ ਨਾ ਉਹ UK ਨਾਲ ਜਿਹੜਾ ਮੈਂ ਕੀ ਜਿਹੜਾ ਨਾ 8.5 ਸਾਈਜ਼ ਜਿਹੜਾ ਮੈਂ ਕੀ ਆਈ ਜਾਣਾ, ਔਰ ਬਾਕੀ ਜਿਹੜਾ ਸਿੰਗਲ ਵਾਲੇ ਹਾਲੇ ਕੋਈ ਸ਼ਾਦੀ ਨਹੀਂ ਕੀਤੀ, ਤਾਂ ਤੱਕਣੇ ਆ ਇਨਸ਼ਾਅੱਲਾ ਨਸੀਮ ਕਦਰ ਉੱਥੇ ਲਿਖੇ ਹੋਏ, ਤਾਂ ਇਨਸ਼ਾਅੱਲਾ ਉਹ ਵੀ ਰੱਬ ਦੀ ਤਰਫੋਂ ਹੈ ਰਹੀ ਤਾਂ ਬਿਹਤਰ ਸੀ ਇਨਸ਼ਾਅੱਲਾ। ਹਾਲੇ ਜਿਹੜਾ ਨਾ ਸਿੰਗਲ ਆ, ਔਰ ਤਕਰੀਬਨ ਜਿਹੜੀ ਉਮਰ ਪੁੱਛੀ ਰਹੀ ਸੀ ਭਾਈ ਆ, ਉਹ ਤਕਰੀਬਨ ਮਾੜੀ ਜਿਹੜੀ ਉਮਰ ਹੈ, ਮੈਂ ਸਿੰਘ ਪਾਇਆ ਸੀ ਕਿ ਲਾਸਟ ਟਾਈਮ ਵੀ ਸਿੰਘ ਪਾਇਆ ਸੀ, ਤਕਰੀਬਨ ਜਿਹੜੀ ਮਾੜੀ ਉਮਰ ਹੈ ਨਾ 23-24 ਹੈ। ਤਾਂ ਕਾਫੀ ਬੰਦੇ ਯੂਟਿਊਬ ਮਿਲੇ ਨੇ ਫੈਮਲੀ ਬਾਜ਼ਾਰ ਵਿੱਚ, ਤੁਹਾਡੇ ਸਾਨੂੰ TV ਕਾਫੀ ਬੜੇ ਲੱਗਣੇ, ਉਹ ਦਾੜੀ ਮੁੱਛ ਜਿਹੜਾ ਰੱਖੀ ਨੇ ਸਾਂ, ਤਾਂ ਤਕਰੀਬਨ ਕੋਈ 32-33 ਲੱਗਣੇ, 32-33 ਨੇ, ਤਾਂ ਬਾਕੀ ਜਿਹੜਾ ਨਾ 24 ਨਹੀਂ ਏਜ ਹੈ ਮਾੜੀ ਇਸ ਟਾਈਮ, ਤਾਂ ਕੀ ਸਕਦੇ ਹੋ। ਤਾਂ ਮੌਸਮ ਜਿਹੜਾ ਨਾ ਕਾਫੀ ਸੋਹਣਾ ਨੇ, ਹੈ ਤਾਂ ਕੋਈ ਚਿੜੀਆਂ ਕੰਮ ਬੁਰੀ ਨੇ, ਤਾਂ ਅੱਜ ਵਲਾ ਕਰਨੇ ਸ਼ੁਰੂ ਜਿਹੜਾ ਕੰਮ ਹੈ ਇਨਸ਼ਾਅੱਲਾ ਉਹ ਕਰਾਉਣੇ ਆ, ਤਕਰੀਬਨ 4 ਘੰਟੇ ਉਹਨਾਂ ਦੇ ਸਿਰ ਕੇ ਸਟਿਲ 4 ਘੰਟੇ ਸੋਚ ਤਾਂ ਬੇਸੋ ਸੋਚਣਾ ਗੱਡੀ ਨਾਲ ਕੰਮ ਇਸੇ ਤੁਸੀਂ ਸੰਖੇ ਪੈਸਾ ਇਨਸ਼ਾਅੱਲਾ। ਤੁਸੀਂ ਪਤਾ ਇਹ ਰੋਜ਼ਾਨਾ ਕੰਮ ਨਹੀਂ ਹੈ, ਤਾਂ ਕੰਮ ਕਰਾਉਣੇ ਆ ਸੋਹਣਾ ਜਿਹਾ ਇਨਸ਼ਾਅੱਲਾ, ਤਾਂ ਤਕਰੀਬਨ ਜਿਹੜਾ ਨਾ ਫਿਰ ਗੱਡੀ ਸੇਫ, ਮਤਲਬ ਕਿ ਉਸੇ ਲੁੱਕ ਆਫਟਰ ਕਰਨਾ, ਬਚਾਉਣਾ ਥੋੜ੍ਹਾ ਮੁਸ਼ਕਿਲ ਆਉਣਾ, ਚਲੋ ਇਨਸ਼ਾਅੱਲਾ ਕੋਸ਼ਿਸ਼ ਕਰਦਾ ਕਿ ਗੱਡੀ ਕਿ ਬਚਾਂ, ਕਿਸੇ ਸਕ੍ਰੈਚ ਵਗੈਰਾ ਨਾ ਪੈਣਾ, ਤਾਂ ਬਾਕੀ ਚਲੋ ਆਉਣਾ ਬਲਾ ਕਰਨੇ ਸ਼ੁਰੂ। ਹਾਂਜੀ, ਮੈਂ ਯੂਟਿਊਬ ਫੈਮਲੀ ਸਾਰੇ ਉਸਤਾਦ ਆਈ ਗਏ, ਬਾਕੀ ਸਾਨੂੰ ਮੁਲਾਕਾਤ ਕਰਾਉਣੇ ਆ, ਤਾਂ ਜ਼ਿੰਦਗੀ 'ਚ ਮੈਂ ਭਾਈ ਦਫਾ ਕੰਮ ਕਰਾਉਣਾ। ਅਸਲਾਮ ਵਾਲੇਕੁਮ ਉਸਤਾਦ ਜੀ, ਕੀ ਹਾਲ ਹੈ, ਸਿਹਤ ਕੈਸੀ ਹੈ, ਕਿਆ ਨਾਂ ਸੁਣੋ? ਮਾਸ਼ਾਅੱਲਾ, ਅਲੀ ਨਾ, ਤੇ ਡੈਂਟਰ ਸੂ ਨਾਂ ਸੁਕੇ ਮਸ਼ਹੂਰ ਹੋ? ਅਲੀ ਡੈਂਟਰ ਹੀ ਆ। ਠੀਕ ਹੈ, ਕਿਤਨਾ ਟਾਈਮ ਹੈਗਾ ਡੱਡਿਆਲੇ ਅੰਦਰ? ਜੀ ਤਕਰੀਬਨ ਹੋਈ ਗਏ ਕੋਈ 22-23 ਸਾਲ ਇਹ ਕੰਮ ਕਰਨੇ ਹੋ ਜੀ? ਹਾਂ। ਤਾਂ ਕੌਣ ਹਾਂ ਸਾਹਿਬ ਹੋ ਜੀ? ਲੱਗਣੇ ਕੌਣ ਹੀ ਹੋ? ਇਹ ਗੱਲ ਸਾਰੇ, ਮਤਲਬ ਕਿ ਸਾਰੇ ਘਰ ਬੰਦੇ ਲੱਗਣੇ ਹੋ? ਹਾਂ ਜੀ, ਤੁਸੀਂ ਨਾਲ ਜੁੜੀ ਗਏ, ਤਾਂ ਕੌਣ? ਮਾਸ਼ਾਅੱਲਾ, ਸਹੀ ਹੈ ਗਿਆ ਜੀ। ਤਾਂ ਅੱਜ ਮੈਂ ਭਾਈ ਦਫਾ ਕੰਮ ਕਰਾਉਣਾ, ਠੀਕ ਹੈ ਨਾ? ਤਾਂ ਜਿਸ ਬੰਦੇ ਭੇਜਿਆ ਤਾਂ ਸੋਹਣਾ ਕੰਮ ਕਰਨਾ ਮੈਂ ਇਨਸ਼ਾਅੱਲਾ, ਕਿ ਵਾਕਿਆ ਜਿਹੜਾ ਬੰਦਾ ਅੱਛਾ, ਤੇ ਦੂਜੀ ਟਾਈਮ ਨੈਕਸਟ ਟਾਈਮ ਅੱਛਾ, ਠੀਕ ਹੈ? ਚਲੋ ਸਹੀ ਹੈ। ਬਾਕੀ ਮੈਨੇ ਕੰਮ ਦੱਸੀ ਤਾਂ ਇੰਨਾ ਟਾਈਮ ਦਿੱਤਾ ਸੀ ਨੂੰ, ਅਸਾਂ ਜਿਹੜਾ ਨੋ ਸੂ ਪਹਿਲੂ ਆਈ ਗਏ, ਸਹੀ ਹੈ ਗੱਲ ਸਤਾਰੀ? ਥੋੜ੍ਹੇ ਥੋੜ੍ਹਾ ਲੇਟ ਹੈਗੇ ਸੋ, ਠੀਕ ਹੈ ਆ। ਬਾਕੀ ਕੰਮ ਕਰਾਉਣੇ ਆ ਜੀ, ਕੰਮ ਕਰਾਈ ਤੁਸੀਂ ਦੱਸਣੇ ਆ ਕਿ ਇੱਥੇ ਅੱਛੋ ਜਾਂ ਨਾ ਅੱਛੋ, ਹੀ ਹੈ ਗੱਲ ਸਤਾਰੀ? ਪਹਿਲੂ ਕੰਮ ਤਕਸਾਂ ਤਕਸਲੀ ਬਸ ਹੋਇਆ, ਫਿਰ ਆਖ ਸਾਂ ਬੰਦਿਆਂ ਕੀ, ਠੀਕ ਹੈ ਜੀ। ਮਿਹਰਬਾਨੀ, ਬਾਕੀ ਗੱਡੀ ਨਾਲ ਕੰਮ ਕਰਾਉਣੇ ਜੀ, ਤਕਰੀਬਨ ਕਿੰਨਾ ਟਾਈਮ ਲੱਗੇ ਸੀ? ਬਸ ਇਨਸ਼ਾਅੱਲਾ ਜਲਦੀ, ਤਕਰੀਬਨ 4-5 ਘੰਟੇ ਲੱਗੀ ਜਸਰ ਕਰ ਦੇ ਸਕਦੇ। 4-5 ਘੰਟੇ, ਠੀਕ ਹੈ ਜੀ। ਚਲੋ ਸਹੀ ਹੈ ਜੀ। ਬਾਕੀ ਜਿਹਨਾਂ ਨੂੰ ਪਤਾ ਘਰ ਵੀ ਗੱਡੀ ਇਸਤੇਮਾਲ ਲੈਣੀ ਹੈ,
ਤਾਂ ਦੂਈ ਮੈਂ ਖਿਲਾਈ ਬਰਾਂਡੇ 'ਚ, ਉਸ ਮੈਂ ਕੱਢਣ ਦੇਣਾ ਹੀ ਨਾ। ਅੱਛਾ ਹਾਂ, ਕੱਢ ਰਿਹਾ ਹੀ ਯਾਰ। ਚਲੋ ਸਹੀ ਆ, ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ, ਮੈਂ ਯੂਟੀ ਫੈਮਿਲੀ ਅਲਹਮਦੁਲਿਲਾ ਤਕਰੀਬਨ ਜਿਹੜਾ ਕੰਮ ਆ, ਮੈਂ ਗਏ ਕਿ ਨੰਬਰ ਕੰਮ ਆ, ਕਾਫੀ ਅੱਛਾ ਕੰਮ ਆ। ਅਤੇ ਹੁਣ ਜਾਣਾ ਗੱਡੀ ਤੱਕ ਫੂਡ ਜਿਹੜਾ ਰੈਡੀ ਹੈਗੀ ਆ, ਹੁਣ ਸਿਰਫ ਰਹੀ ਆ ਰੰਗਾਂ ਦਾ ਕੰਮ। ਬਾਕੀ ਅੱਛਾ ਉੱਥੇ ਵਿਜ਼ਿਟ ਕਰੋ, ਕਾਫੀ ਜਿਹੜਾ ਅੱਛਾ ਰੇਟ ਕਿਨਸਨ ਨਾਲ ਹੀ ਆ। ਝੰਡਿਆਂ ਹੋਟਲ ਹੈ, ਬੈਕ ਸਾਈਡ ਪਰ ਨਾਲ ਜਿਹੜਾ ਵਰਕਸ਼ਾਪ ਹੈ। ਹਾਂਜੀ, ਮੈਂ ਯੂਟੀ ਫੈਮਿਲੀ ਆਈ ਗਿਆ ਜੀ ਝੰਡਿਆਂ ਹੋਟਲ ਹੈ, ਪਰ ਬਾਕੀ ਰੋਟੀ ਦਾ ਟਾਈਮ ਹੈਗਾ, ਰੋਟੀ ਖਾਣੇ ਤਕਰੀਬਨ ਫਿਰ ਦਾ ਟਾਈਮ ਹੈਗਾ, ਨਮਾਜ਼ ਵੀ ਬਣੀ ਸੀ। ਮੈਂ ਸੋਚਿਆ ਰੋਟੀ ਖਾਈ ਕਿੰਨੇ ਆ, ਇਸ ਟਾਈਮ ਐਪੋ ਨਹੀਂ ਜਾਣਾ ਨਹੀਂ ਵਰਕਸ਼ਾਪ ਹੈ। ਬਾਕੀ ਜਿਹੜਾ ਇਹ ਮੈਂ ਰੋਡ ਹੈ ਝੰਡਿਆਂ ਹੋਟਲ ਤੱਕ, ਹੋਣਾ ਕਿਆ ਬਾਤ ਹੈ। ਇੱਥੇ ਨਹੀਂ ਮਸ਼ਹੂਰ ਆਂਡੀ ਜਿਹੜਾ ਮੰਗਾਈ ਚਿਕਨ ਜਫਰੇਜ਼ੀ, ਉਹ ਖਾਣੇ ਆ, ਬਾਕੀ ਜਿਹੜਾ ਫੂਡ ਕਾਫੀ ਘੱਟ ਹੈ। ਮਿਹਰਬਾਨੀ ਭਰਾਵਾਂ, ਤਾਂ ਚਟਨੀ ਵੀ ਆਏਗੀ, ਚਿਕਨ ਜਫਰੇਜ਼ੀ ਵੀ ਆਏਗੀ, ਹੈ ਤਾਂ ਹੋਣਾ ਮਜ਼ੇਦਾਰ ਨਾਲ ਹੀ ਸਲਾਦ। ਮਿਹਰਬਾਨੀ, ਬਹੁਤ ਸ਼ੁਕਰੀਆ। ਹਾਂਜੀ, ਮੈਂ ਯੂਟੀ ਫੈਮਿਲੀ ਸਵੇਰੇ ਨਾ ਸਟਿਲ ਬਾਹਰ ਨਿਕਲਿਆ ਕਿ ਮੈਂ ਨਾ ਕਿ ਜ਼ਿੰਮੇਦਾਰੀ ਬਹੁਤ ਹੋਈ ਹੈ, ਸਵੇਲੇ ਨਿਕਲਿਆ ਅੱਗੇ ਪਿੱਛੇ ਕੰਮ ਕਰਾਉਣਾ, ਮੈਂ ਨਾ ਕਿ ਬਹੁਤ ਹੈਡਿਡ ਹੈ। ਬਾਕੀ ਚਲੋ ਅੱਲਾਹ ਤਾਲਾ ਹੈਰ ਫਰਮਾਨ, ਇਨਸ਼ਾਅੱਲਾ ਕੰਮ ਜਿਹੜਾ ਜਾਰੀ ਆਈ ਗਿਆ ਵਾਪਸ ਪੈਂਟਰਾ ਕੋਲ, ਹੁਣ ਜਿਹੜਾ ਰੰਗ ਸੰਗ ਪੈਸੇ ਇਨਸ਼ਾਅੱਲਾ, ਇਹ ਵੀ ਤਕਰੀਬਨ 2-3 ਦਿਨ ਲੱਗੀ ਇਸ ਨਾਲ ਮਜ਼ੀਦ। ਔਰ ਹੁਣ ਤੱਕ ਹੁਣ ਇਹ ਵੀ ਗੱਡੀ ਖੁੱਲ੍ਹੀ ਵੀ, ਉੱਧਰ ਪਿੱਛੇ ਵੀ ਗੱਡੀਆਂ ਖੁੱਲ੍ਹੀਆਂ, ਉਹ ਮਾੜੀ ਵੀ ਆਇਆ ਵੈ, ਬੰਦਾ ਕਹਿ ਕੇ ਕੰਮ ਕਰੇ। ਅਤੇ ਚਲੋ ਮਿਹਰਬਾਨੀ, ਇਹਨਾਂ ਨੇ ਮਕਾਨ ਕੰਮਾਂ ਹੀ, ਮੈਂ ਅੱਗੇ ਜਾਣ ਜਾਣਾ ਨੈਕਸਟ ਟਾਈਮ, ਉਸ ਜੇ ਪੰਗਾ ਨਾ ਕਿ ਲੈਂਦੀ ਹੈ ਕਿ ਕੰਮ ਜ਼ਿੰਮੇਦਾਰੀ ਜਿਹੜੀ ਹੈ ਨਾ, ਜਿਹੜੀ ਜ਼ਿੰਮੇਦਾਰੀ ਹੈ, ਮੈਂ ਅੱਗੇ ਉਹ ਹੋਈ ਹੈ, ਉਹ ਹੈਡਕ ਹੈ। ਐਂ ਤੋ ਕੋ ਜੀ ਭਾਈ ਯਾਰ, ਆਪਣਾ ਕੰਮ ਕਰਨੇ ਮਾਸ਼ਾਅੱਲਾ ਖੁਸ਼ੀ ਤੋਂ ਕੰਮ ਕਰਨੇ, ਅਤੇ ਇਸ ਟਾਈਮ ਲੱਗੇ ਕੰਮ ਕਹਿਣ ਕਿ ਚੰਗੇ ਬੰਦੇ ਨੇ, ਕਿੰਨੇ ਬੱਚੇ ਇਹਨਾਂ ਨੇ? ਦੋ ਬੱਚੇ ਅਤੇ ਉੱਧਰ ਨੇ ਪਾਵੀ ਯਾਰ ਪਸ਼ਾਵਰ, ਪਸ਼ਾਵਰ ਨੇ ਨੀ? ਚਲੋ ਸਹੀ ਹੈ, ਠੀਕ ਹੈ ਗਿਆ। ਬਾਕੀ ਇਹਨੇ ਕੀ ਤਾਵਣ ਕਰਨਾ ਚਾਹੁੰਦਾ ਤਾਂ ਕਰੀ ਸਕਦੇ ਤਾਵਣ, ਅਤੇ ਪਿੱਛੇ ਪਸ਼ਾਵਰ ਨੇ, ਬੱਚੇ ਨੇ, ਪਸ਼ਾਵਰ ਨਿੱਕੇ ਨੇ, ਬੜੇ ਨੇ, ਨਿੱਕੇ ਨਿੱਕੇ, ਠੀਕ ਹੈ ਗਿਆ। ਠੀਕ ਹੈ ਭਾਈ ਯਾਰ, ਕੰਮ ਆਉਣੇ ਮੈਂ ਸੋਹਣਾ ਕਰਨਾ ਇਨਸ਼ਾਅੱਲਾ, ਅੱਛੋ ਆਖੇ ਅੱਛਾ ਰੇਟ ਕਿਸਾਨ ਦਾ। ਬਾਕੀ ਕੋਈ ਬੰਦਾ ਤਾਵਣ ਕਰਨਾ ਚਾਹੁੰਦਾ ਤਾਂ ਤਾਵਣ ਕਰ ਸਕਦਾ, ਨੰਬਰ ਮੈਂ ਦੇ ਦਿੱਤਾ ਫੋਨ ਨੰਬਰ, ਤਾਂ ਇਸ ਨੇ ਪਿੱਛੇ ਹੋ ਰਿਹਾ ਸੀ, ਇਹਨੇ ਕਿ ਮੈਸੇਜ ਦੇਣਾ ਕਹਿ ਰਿਹਾ, ਬਾਕੀ ਆਪ ਕੋਈ ਸਮਝ ਲੈ ਸਕਦੇ। ਕੀ ਹੈ ਗਲਾ ਜੀ? ਸਹੀ ਹੈ, ਇਸ ਟਾਈਮ ਅਸਤਰ ਮਾਰੀ ਦੇ, ਇਹ ਬਾਕੀ ਪਹਿਲੂ ਪ੍ਰੋਟੀਨ ਮਾਰੀ ਨੇ, ਤਾਵਣ ਜਿਹੜਾ ਅਸਤਰ ਮਾਰੀ ਦੇ, ਤਾਂ ਕੌਣ ਕਿਆ ਬਾਤ ਹੈ। ਇਹ ਤਾਂ ਮਾਰਨੇ ਕਿ ਜਿਹੜਾ ਟੋਏ ਵਗੈਰਾ ਆਉਣ, ਲੀਕਾਂ ਵਗੈਰਾ ਆਉਂਦੀ ਸੀ ਜਾਂ ਸਹੀ ਕਲੀਅਰ, ਫਿਰ ਉਸ ਤੋਂ ਬਾਅਦ ਜਿਹੜਾ ਪ੍ਰੋਟੀਨ ਲੱਗਸੀ। ਜੀ, ਮੈਂ ਯੂਟੀ ਫੈਮਿਲੀ, ਜਾਲੀਆਂ ਤਿਆਰ ਹੈਗੀਆਂ, ਤਾਂ ਕੌਣ ਨਵਾਂ ਜਣਾ ਪੋਹ ਪੜਿਆ ਜੀ, ਠੀਕ ਹੈ ਗਿਆ, ਸੋਹਣੇ ਹੈਗੀਆਂ, ਜ਼ਬਰਦਸਤ ਜਾਲੀ ਡਬਲ ਹੈਗੀ, ਲੱਭਰੋ ਭਰਾ ਮਾੜਾ ਹਾਂਜੀ, ਮੈਂ ਯੂਟੀਊਬ ਫੈਮਿਲੀ, ਤੱਕੋ ਰਸ਼ ਕਿਤਨਾ ਇਸ ਟਾਈਮ, ਤਿੱਕੇ ਬਣੀ ਰਹੇ, ਬਹੁਤ ਹੀ ਪਿਆਰੀ ਖੁਸ਼ਬੂ ਹੋਈ ਹੈ, ਔਰ ਮਾਂ ਬੈਠੀ ਹੈ ਤਿੱਕੇ ਖਾਣੇ ਵਾਸਤੇ, ਤੱਕੋ ਕਿਆ ਬਾਤ, ਆਰਡਰ ਲੱਗੇ ਆ, ਚੱਕ ਕਰੋ।
ਹਾਂਜੀ ਮਯੂਰੀ ਫੈਮਿਲੀ ਕਾਫੀ ਟਾਈਮ ਹੈਗਾ ਕੋਈ ਪੀਜ਼ਾ ਨਹੀਂ ਖਾਧਾ ਤਾਂ ਇਸ ਟਾਈਮ ਆਈ ਕਿਉਂਕਿ ਪੀਜ਼ਾ ਖਾਣੇ ਵਾਸਤੇ ਮੇਰਾ ਬਾਜ਼ਾਰ ਬੰਦ ਰਿਹਾ ਤਾਂ ਅੱਜ ਇਹਨਾਂ ਨੂੰ ਬਾਜ਼ਾਰ ਖੋਲਿਆ ਮੈਂ ਸੋਚਿਆ ਇਹਨਾਂ ਨੂੰ ਪੀਜ਼ਾ ਖਾਇਆ ਜਾਏ ਇਨਸ਼ਾਅੱਲਾ ਉਹ ਆਈ ਆਪਣੇ ਸਪੈਸ਼ਲ ਟੱਚ ਪਰ ਉਹ ਕਾਫੀ ਸਖਤ ਲੱਗੀ ਹੋਈ ਹੈ। ਹਾਂਜੀ ਮਯੂਰੀ ਫੈਮਿਲੀ ਸਪੈਸ਼ਲ ਜਿਹਾ ਪੀਜ਼ਾ ਨੌ ਸੜਾ ਆਈ ਗਿਆ ਤਾਂ ਲੋਅਰ ਪ੍ਰਾਈਜ਼ ਨਾਲ ਬਿਸਮਿਲ੍ਲਾਹਿ ਰਹਿਮਾਨਿਰਹੀਮ। ਹਾਂਜੀ ਮਯੂਰੀ ਫੈਮਿਲੀ ਇਕੱਲਾ ਉਸਤਾਦ ਬਾਕੀ ਰਾਬਤਾ ਕਰ ਸਕਦੇ ਹੋ ਇਹ ਨੰਬਰ ਲਿਖੇ ਆ ਤਾਂ ਵਟਸਐਪ ਇਸੇ ਮੰਨਤੇ ਆ। ਹਾਂਜੀ ਮਯੂਰੀ ਫੈਮਿਲੀ ਗੁੱਡ ਮਾਰਨਿੰਗ ਸੁਬਾਹ ਟਾਈਮ ਹੈਗੀ ਆ ਤਾਂ ਆਈ ਗਏ ਵਾਪਸ ਆਪਣੇ ਫੀਲਡ ਪਰ ਤੱਕ ਹੁਣ ਇਕੱਲਾ ਉਸਤਾਦ ਦੇ ਭਾਈ ਯਾਰ ਬੋਲ ਨਹੀਂ ਸਕਦੇ ਬਾਕੀ ਜਵਾਨ ਨੇ ਕਿ ਮੈਸੇਜ ਕਰ ਸਕਦੇ ਜ਼ਰੂਰ ਜਵਾਬ ਦੇਣ ਚਾਹਲਾ ਇਹ ਰਾਬਤਾ ਨੰਬਰ ਕੰਟੈਕਟ ਕਰ ਸਕਦੇ ਹੋ ਤਾਂ ਅੱਜ ਜਾਣਾ ਤਕਰੀਬਨ ਕੋਈ ਪੰਜਵਾਂ ਦਿਨ ਰਹਿ ਗੱਡੀ ਨਾਲ ਕੰਮ ਜਾਣਾ ਹੈ ਰਿਹਾ ਕਿਆ ਬਣ ਤੱਕ ਹੁਣ ਤਾਂ ਬੱਕਰੀਆਂ ਇਸ ਟਾਈਮ ਸੁਬਹ ਚੜੀ ਦੀਆਂ ਚਿੜੀਆਂ ਕਾਂ ਬੋਲੀ ਦੀਆਂ ਔਰ ਹੈ ਸਾਡੀ ਗੱਡੀ ਹੈ ਕੰਮ ਜਾ ਰਹੀ ਹੈ ਡੰਟਨ ਦਾ ਕੰਮ ਸਾਰਾ ਆਈ ਗਿਆ ਹੁਣ ਜਾਣਾ ਰੰਗ ਲਾਉਂਗਾ ਦੇਈ ਗਿਆ ਇਹ ਨਾਲ ਨੰਬਰ ਨੇ ਰਾਬਤਾ ਕਰ ਸਕਦੇ ਹੋ ਕਿ ਬੰਦਾ ਹੈਲਪ ਕਰਨਾ ਚਾਹੁੰਦਾ ਨੇ ਮਦਦ ਕਰਨਾ ਚਾਹੁੰਦਾ ਕਰ ਸਕਦੇ ਹੋ ਤਾਂ ਸੁਬਹ ਇੰਨਾ ਕੋਲ ਆਇਆ ਸਾਂ ਤਕਰੀਬਨ ਕੋਈ 8 ਵਜੇ ਯੂਟੀ ਫੈਮਲੀ ਜਹਾਜ਼ਾਂ ਨੇ ਅੰਡੇ ਪਰ ਪਹੁੰਚੇ ਹਾਂ ਤਾਂ ਜਹਾਜ਼ਾਂ ਨੇ ਅੰਡਾ ਕਿਆ ਉਹ ਬਾਹਰ ਹੈ ਇਹ ਕਹਿਣ ਜਾਣਾ ਆਪਣੇ ਮੌਜੂਦਾ ਜੀ ਡੜਿਆਲ ਹਾਂਜੀ ਮੈਂ ਯੂਟੀ ਫੈਮਲੀ ਇਸ ਟਾਈਮ ਇਕੱਲਾ ਉਸਤਾਦ ਮੋਟਰਸਾਈਕਲ ਚਲਾਈ ਰਹੇ ਤਾਂ 70 ਬਾਕੀ ਆਈ ਗਈਆਂ ਜ਼ਮਾਨ ਚੋਂ ਕੁਝ ਚੀਜ਼ਾਂ ਚੇਂਜੀਆਂ ਸਨ ਅਤੇ ਅੱਜ ਮੁਰਾਦ ਹੈ ਸਪੈਸ਼ਲ ਤਿਆਰ ਤੁਸੀਂ ਪਤਾ ਅਤੇ ਬਾਕੀ ਆਵਾਮ ਸ਼ਾਪਿੰਗ ਕਰਾਂ ਤੁਸੀਂ ਗੋਸ਼ਤ ਵਗੈਰਾ ਕਿ ਨਹੀਂ ਰਹੀ ਹੈ ਨਜ਼ਰ ਮਾਰੋ ਨਾ ਅੱਗੇ ਪਿੱਛੇ ਚੌਕੇ 'ਚ ਮੈਂ ਕਿ ਬਿਜ਼ੀ ਬਾਜ਼ਾਰ ਹੈ ਚੈੱਕ ਕਰੋ ਨਾ ਜ਼ਮਾਨ ਚੌਕ ਬਾਕੀ ਲਾੜੀ ਏਡਾ ਤਾਂ ਬਾਕੀ ਆਵਾਮ ਗੋਸ਼ਤ ਵਗੈਰਾ ਕਿ ਨਹੀਂ ਰਹੀ ਇਸ ਟਾਈਮ ਬਿਜ਼ੀ ਹਾਂਜੀ ਮੈਂ ਯੂਟੀ ਫੈਮਿਲੀ ਤੱਕ ਹੁਣ ਕੰਮ ਜਾਰੀ ਆ ਮਾਸ਼ਾਅੱਲਾ ਤਾਂ ਮਾਲਕ ਸਿਰਾ ਪਾ ਉਹਨਾਂ ਤਾਂ ਇਹੋ ਜਿਹਾ ਕੰਮ ਜਲਦੀ ਆਉਣਾ ਇਹ ਹੈ ਗੱਲ ਹੈ ਤਾਂ ਬਾਕੀ ਜਣਾ ਨਾਲ ਰੰਗ ਵੀ ਆਈ ਗਿਆ ਥੱਲੇ ਵੀ ਆਈ ਆ ਤਾਂ ਅੱਜ ਜਣਾ ਮੁਕਾਸਨ ਇਨਸ਼ਾਅੱਲਾ ਤਾਂ ਆਉਣਾ ਕੱਲ੍ਹ ਸੁਣੇ ਰੰਗ ਜਣਾ ਬਚ ਸੰਗ ਗੱਡੀ ਤਾਂ ਜਮਰਾ ਦਾ ਬਾਕੀ ਸ਼ਟ ਕਰਾਉਣਾ ਤਾਂ ਕੋਈ ਚੀਜ਼ਾਂ ਕਰਾਂ ਕਿੰਨੀਆਂ ਨੂੰ ਜਿੰਨੇ ਇੰਨਾ ਮੁਕਸਾਇਕ ਕਿੰਨੇ ਆ ਤਾਂ ਜਣਾ ਹਸ਼ਟ ਕਰਾਉਣੇ ਆ ਉਸਤਾਦ ਦਾ ਰਸਨ ਹੈ ਜੀ।